ਅਕਾਲ ਜੀ, ਕੀ ਹਾਲ ਚਾਲ? ਮੈਂ ਤੁਹਾਡਾ ਆਪਣਾ ਅੰਮ੍ਰਿਤ ਮਾਨ ਤੇ ਫਿਲਮ ਹਾਈ ਐਂਡ ਯਾਰੀਆਂ ਆ ਰਹੀ ਹੈ ਜੀ 22 ਫਰਵਰੀ ਨੂੰ। 2 ਦਿਨ ਰਹਿ ਗਏ ਸਾਡੇ ਵੱਡੇ ਪਿਆਰੇ ਵੀਰ ਜੱਸੀ ਗਿੱਲ ਬਾਈ, ਰਣਜੀਤ ਬਾਵਾ ਬਾਈ ਤੇ ਨਿੰਜਾ ਬਾਈ, ਇਹਨਾਂ ਦੀ ਟਿਕੜੀ ਆ ਰਹੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਇੰਪ੍ਰੈਸ ਕਰਨ। ਪੰਕਜ ਬੱਤਰਾ ਬਾਈ ਨੇ ਫਿਲਮ ਬਣਾਈ ਆ ਤੇ ਸੰਦੀਪ ਬੱਤਲ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ। ਮਹਾਰਾਜ ਚੜ੍ਹਦੀ ਕਲਾ 'ਚ ਰੱਖੇ। ਹਾਈ ਐਂਡ ਯਾਰੀਆਂ 22 ਫਰਵਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਨਿੰਜਾ। ਅਤੇ ਇੱਕ ਚੀਜ਼ ਇਸ ਸਾਲ ਦੇ ਵਿੱਚ ਬਹੁਤ ਵਧੀਆ ਜੁੜਨ ਜਾ ਰਹੀ ਹੈ ਜੀ, ਉਹ ਪਤਾ ਕੀ ਹੈ? ਤੁਸੀਂ ਬਰਥਡੇ ਵੀ ਮਨਾਇਆ ਹੋਣਾ, ਤੁਸੀਂ ਫਾਦਰਸ ਡੇ ਵੀ ਮਨਾਇਆ ਹੋਣਾ, ਤੁਸੀਂ ਮਦਰਸ ਡੇ ਵੀ ਮਨਾਇਆ ਹੋਣਾ, ਤੁਸੀਂ ਵੈਲੈਂਟਾਈਨ ਡੇ ਵੀ ਮਨਾਇਆ ਹੋਣਾ, ਟੈਡੀ ਬੇਅਰ ਡੇ ਵੀ ਮਨਾਇਆ ਹੋਣਾ, ਪਰ ਇੱਕ ਚੀਜ਼ 22 ਫਰਵਰੀ ਨੂੰ 22 ਡੇ ਮਨਾਉਣਾ ਨਾ ਭੁੱਲਿਓ। ਆਪਣੇ ਯਾਰਾਂ ਦੇ ਨਾਲ ਸੈਲੀਬ੍ਰੇਟ ਜ਼ਰੂਰ ਕਰਿਓ। ਮੱਖਣਾ 22 ਤਰੀਕ ਨੂੰ ਫਿਲਮ ਆ ਰਹੀ ਹੈ ਬਾਈ। ਹਾਂ ਬਾਈ, ਆ ਤਾਂ ਰਹੀ ਹੈ। ਕਿਹੜੀ ਭਲਾ? ਪੁੱਜੋ ਜਿੰਦਾਬਾਦ ਯਾਰੀਆਂ। ਜਾਵਾਂਗੇ ਨੀ ਭਰਾਵਾਂ ਦੀ ਫਿਲਮ ਆ, ਨਿੰਜਾ ਉਹਦੇ ਚ, ਜੱਸੀ ਆ ਉਹਦੇ ਚ, ਬਾਵਾ ਸਾਰਿਆਂ ਨੂੰ ਮੇਰੇ ਵੱਲੋਂ ਵਧਾਈਆਂ ਭਾਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ। ਅਤੇ 22 ਫਰਵਰੀ ਨੂੰ ਮੂਵੀ ਆ ਰਹੀ ਹੈ ਜੀ ਹਾਈ ਐਂਡ ਯਾਰੀਆਂ, ਪਿਟਾਰਾ ਦੁਆਰਾ ਪ੍ਰੋਡਿਊਸ ਕੀਤੀ ਗਈ ਹੈ ਅਤੇ ਯਾਰਾਂ ਮਿੱਤਰਾਂ ਦੀ ਅਤੇ ਯਾਰੀਆਂ ਦੀ ਕਹਾਣੀ ਅਤੇ ਫਿਲਮ ਆ ਜੀ, ਜ਼ਰੂਰ ਦੇਖਿਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਜੀਤ ਸੰਧੂ। ਦੋਸਤੋ, 22 ਫਰਵਰੀ ਨੂੰ ਫਿਲਮ ਆ ਰਹੀ ਹੈ ਹਾਈ ਐਂਡ ਯਾਰੀਆਂ, ਤੋਂ ਥੀਏਟਰ 'ਚ ਜ਼ਰੂਰ ਦੇਖ ਕੇ ਆਇਓ, ਬਹੁਤ ਸੋਹਣੀ ਫਿਲਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਿੰਘਾ ਅਤੇ 22 ਫਰਵਰੀ ਨੂੰ ਫਿਲਮ ਆ ਰਹੀ ਹੈ ਜੀ ਆਪਣੀ ਹਾਈ ਐਂਡ ਯਾਰੀਆਂ, ਅਤੇ ਸਾਰੇ ਜਾਣੇ ਥੀਏਟਰਾਂ 'ਚ ਜਾ ਕੇ ਜ਼ਰੂਰ ਦੇਖੋ ਹਾਈ ਐਂਡ ਯਾਰੀਆਂ। ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਤੁਹਾਡਾ ਆਪਣਾ ਬਾਈ ਰਾਜਵੀਰ ਜਵੰਦਾ। ਔਰ 22 ਤਰੀਕ ਨੂੰ ਸਾਡੇ ਸਾਰੇ ਬਾਈਆਂ ਦੀ ਫਿਲਮ ਆ ਰਹੀ ਹੈ ਜੀ ਹਾਈ ਐਂਡ ਯਾਰੀਆਂ, ਜਿਹਦੇ ਵਿੱਚ ਬਾਈ ਰਣਜੀਤ ਬਾਵਾ, ਬਾਈ ਨਿੰਜਾ, ਬਾਈ ਜੱਸੀ ਗਿੱਲ, ਔਰ ਮੇਰੇ ਵੱਲੋਂ ਸਾਰੇ ਬਾਈਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤਾਂ ਤੁਸੀਂ ਸਾਰੇ ਜਾਣੇ ਜ਼ਰੂਰ ਯਾਦ ਰੱਖਿਓ, 22 ਤਰੀਕ ਨੂੰ ਭੁੱਲਿਓ ਨਾ, 22 ਡੇ ਵੀ ਆ, ਅਤੇ 22 ਬਣ ਕੇ ਜ਼ਰੂਰ ਸਾਰੇ ਜਾਣੇ ਫਿਲਮ ਦੇਖਣ ਜਾਇਓ। ਥੈਂਕ ਯੂ ਵੀਰੇ। ਉਹ ਜਿਹੜੀ ਆਪਣੀ 22 ਤਰੀਕ 'ਤੇ ਜਾਣੀ ਸੀ ਨਾ, ਹਾਂਜੀ, ਉਹ ਨਾ ਕੈਂਸਲ ਕਰ ਦਿਓ। ਕਿਉਂ ਭਾਜੀ? ਯਾਰ ਕੈਂਸਲ ਵੀ ਨਹੀਂ ਕਰ ਸਕਦੇ, ਉਹਨਾਂ ਨੂੰ ਸੱਦ ਲਓ, ਉਹਨਾਂ ਨੂੰ ਬੋਲੋ ਕਿ ਨਾ ਆਪਣੇ ਇੰਸਟਰੂਮੈਂਟ ਨਾ ਦੇਖਿਆ। ਉਹ ਕਿੱਦਾਂ ਭਾਜੀ? ਉਹ ਇਸ ਲਈ ਕਿਉਂਕਿ 22 ਤਰੀਕ ਨੂੰ ਆਪਾਂ ਸੈਲੀਬ੍ਰੇਟ ਕਰਾਂਗੇ 22 ਡੇ, ਔਰ ਆਪਾਂ ਸਾਰੇ ਦੇਖਣ ਜਾਵਾਂਗੇ ਹਾਈ ਐਂਡ ਯਾਰੀਆਂ।